ਮੰਮੀ ਬੜੀ ਪੀੜ ਹੁੰਦੀ ਜੇ। ਚੱਲ ਕੋਈ ਨੀ ਪੁੱਤ, ਮੈਂ ਪੀੜ ਦੀ ਗੋਲੀ ਦੇ ਦਿੰਦੀ ਹਾਂ। ਪੁੱਤ ਮੈਂ ਤਾਂ ਤੇਰੇ ਤਰਲੇ ਕਰਨ ਡਈ ਸੀਗੀ ਵੀ ਚੱਲ ਜਾ ਕੇ ਤੇ ਤੂੰ ਨਾ ਦਵਾਈ ਲੈ ਆ। ਹਾਏ ਹਾਏ, ਮੈਂ ਖੱਤੇ ਨੂੰ ਤਰਸੂ ਨੀ ਮਾਸਾ ਆਇਆ ਕਿਤੇ, ਵੇਖਾਂ ਕਿੱਦਾਂ ਜਾਨਵਰ ਵਾਂਗੂ ਮਾਰਿਆ ਮੇਰੀ ਧੀ ਨੂੰ। ਹਾਏ ਹਾਏ ਰੁਪਾ, ਜਿੱਦਾਂ ਮਰਜ਼ੀ ਮੈਂ ਤੈਨੂੰ ਗੱਲਾਂ ਕਰ ਲੈਂਦੀ ਹਾਂ ਨਾ, ਪਰ ਪੁੱਤ ਮੈਂ ਇਹੋ ਜਿਹਾ ਕੰਮ ਨਹੀਂ ਕਰ ਸਕਦੀ। ਹੈਂ ਹਾਏ ਹਾਏ, ਹਾਏ ਮੰਮੀ ਹੌਲੀ ਕਰੋ। ਪੁੱਤ ਮੈਂ ਕੀ ਕਰਾਂ, ਮੈਂ ਤਰਸੀ ਬੜਾਉਣ ਡਿਆ ਤੇਰੇ ਵੱਲ ਵੇਖ ਕੇ, ਤੇ ਗੋਲੀ ਲਿਆਵਾਂ ਪੀੜ ਦੀ ਕੋਈ ਜੀ ਹੈਗੀ ਤੇ ਮੰਮੀ ਕੋਈ ਲਿਆ ਦੋ, ਮੈਂ ਦੇ ਬੜੀ ਦਿੰਦੀ ਜਾਨ ਹਾਂ, ਨਿਕਲਣ ਦੀ ਮੇਰੀ ਤੇ। ਦੇ ਦਿੰਦੀ ਤੈਨੂੰ ਗੋਲੀ ਮੈਂ। ਤੇ ਪਿੰਦਰ ਕਿੱਥੇ ਨੇ, ਇੰਨਾ ਨੇਰਾ ਹੋ ਗਿਆ ਹਾਲੇ ਤੱਕ ਨਹੀਂ ਆਏ। ਕੀ ਦੱਸਾਂ ਤੈਨੂੰ ਮੈਂ ਪਿੰਦਰ ਕਿੱਥੇ ਆ, ਜਦ ਤੇਰਾ ਪਿਓ ਦੇ ਦੁਆਲੇ ਹੋਇਆ ਸੀ ਨਾ ਉਦੋਂ ਦਾ ਨਿਕਲ ਗਿਆ ਹੀ ਘਰੋਂ, ਅਜੇ ਤੱਕ ਨਹੀਂ ਆਇਆ। ਤੇ ਤੂੰ ਕਿਹੜੀ ਮਿੱਟੀ ਦੀ ਬਣੀ ਆ, ਹੈ ਇੰਨਾ ਤੈਨੂੰ ਮਾਰਿਆ, ਵੇਖ ਤੇਰੀ ਹਾਲਾਤ ਕੀ ਕਰਤੇ ਉਹਨੇ, ਤੇ ਤੂੰ ਅਜੇ ਵੀ ਪਿੰਦਰ ਦਾ ਨਾਂ ਲੈਣ ਡਈ। ਮੰਮੀ ਮੈਂ ਤਾਂ ਕਹਿੰਦੀ ਕਿ ਉਹਨਾਂ ਕੋਲ ਛਾਪ ਹੀ ਪੈਸੇ ਪੂਰੇ ਹੋਣੇ ਆ, ਵੀ ਕੋਈ ਵੱਧ ਘੱਟ ਚੀਜ਼ ਨਾ ਖਾ ਲੈਣ, ਵੇਖ ਕੇ ਆਉ ਡੈਡੀ ਨੂੰ ਕਹੋ ਕੀ ਪਤਾ ਕਿੱਥੇ ਹੋਣ। ਉਹ ਵੇਖ ਲਾ ਕਿੰਨਾ ਫਿਕਰ ਕਰਨੀ ਤੂੰ ਉਹਦਾ, ਤੇ ਇੱਕ ਉਹ ਸ਼ਦਾਈ ਆ ਜਿਹਨੂੰ ਸਭ ਕੁਝ ਭੁੱਲ ਗਿਆ ਵਾ, ਹੈ ਇਹਦੇ ਪਿੱਛੇ ਛੱਡ ਕੇ ਆਈ ਸੀ ਨਾ ਸਭ ਕੁਝ, ਤੂੰ ਸ਼ਦੈਣੇ ਮਾੜਾ ਮੋਟਾ ਆਪਣੇ ਮਾਂ ਪਿਓ ਬਾਰੇ ਤਾਂ ਸੋਚਦੀ, ਹੁਣ ਤੇਰੇ ਮਾਂ ਪਿਓ ਤੇਰੇ ਨਾਲ ਬੋਲਦੇ ਹੁੰਦੇ ਕਿਤੇ, ਫੋਨ ਕਰਕੇ ਦੁੱਖ ਸੁੱਖ ਕਰਦੀ ਉਹਨਾਂ ਦੇ ਨਾਲ, ਹੈ ਹੱਥੜ ਹੋ ਕੇ ਬੈਠੀ ਆ ਨਾ ਹੁਣ, ਵੇਖ ਲਾ ਕਿੱਡੀ ਵੱਡੀ ਗਲਤੀ ਕੀਤੀ ਆ ਤੂੰ। ਮੰਨਦੀ ਮੰਮੀ ਮੈਂ ਬੜੀ ਵੱਡੀ ਗਲਤੀ ਕੀਤੀ ਆ, ਤੁਸੀਂ ਵੀ ਮੈਨੂੰ 100 ਵਾਰੀ ਗਿਣਾਤੀ ਤੇ ਮੈਂ ਵੀ 100 ਵਾਰੀ ਆਪਣੀ ਗਲਤੀ ਦਾ ਪਛਤਾਵਾ ਕੀਤਾ, ਪਰ ਹੁਣ ਮੈਂ ਕੀ ਕਰਾਂ, ਮੈਨੂੰ ਆਪ ਨਹੀਂ ਕੁਝ ਸਮਝ ਲੱਗਾ ਨਹੀਂ। ਸੁਣਾਵਾਂ ਨਾ ਤੇ ਕੀ ਕਰਾਂ ਪੁੱਤ, ਹੁਣ ਤਾਂ ਮੈਨੂੰ ਪਤਾ ਵਾ ਨਾ ਵੀ ਮਾਂ ਪਿਓ ਦੇ ਕੀ ਹਾਲ ਹੁੰਦੇ ਆ। ਠੀਕ ਆ ਜਦੋਂ ਧੀਆਂ ਘਰੋਂ ਚਲ ਜਾਂਦੀਆਂ ਵਾ ਨਾ, ਨਾ ਉਹ ਜਿੰਦੇ ਰਹਿ ਜਾਂਦੇ ਤੇ ਨਾ ਉਹ ਮਰਦੇ ਹੀ ਆ ਵਿਚਾਰੇ। ਠੀਕ ਆ ਚੱਲ ਮੇਰਾ ਪੁੱਤ ਨਾ, ਸਬਰ ਕਰ ਹੁਣ ਥੋੜ੍ਹਾ ਜਿਹਾ, ਮੈਂ ਕੱਲ੍ਹ ਦੀ ਹਾਂ ਤੇਰੇ ਪਿਓ ਨੂੰ, ਹੈ ਵੇਖ ਕੇ ਆਉਂਦਾ ਵਾ ਵੀ ਕਿੱਥੇ ਗਿਆ ਵਾ, ਨੇਰਾ ਸੱਚੀ ਬੜਾ ਹੋ ਗਿਆ ਵਾ ਪੁੱਤ। ਪਰ ਮੰਮੀ ਪਤਾ ਨਹੀਂ ਮੇਰੀ ਆਹ ਵਾਲੀ ਬਾਂਹ ਇੰਨੀ ਪੀੜ ਹੋਣਦੀ ਆ ਨਾ, ਕੋਈ ਹਿਸਾਬ ਹੀ ਨਹੀਂ ਆ। ਹਾਏ ਆਹ ਬਾਂਹ ਪੀੜ ਕਰਦੀ, ਤਾਂ ਚੁੱਕਾ ਭਰਾ ਤਾਂ ਚੁੱਕੀ ਜਾਂਦੀ ਹੈ, ਮੈਂ ਰੋੜੀ ਬੜੀ ਦਿੱਤੀ ਉਹਨਾਂ ਨੇ। ਹਾਏ ਹਾਏ, ਕਿਤੇ ਨਖੱਤੇ ਨੂੰ ਤਰਸ ਵੀ ਨਾ ਮਾਸਾ ਆਇਆ ਵਿਚਾਰੀ ਤੇ, ਹੈ ਨਖੱਤਿਆ ਜੇ ਉਦਾਂ ਚਪੇੜ ਚਪਾੜ ਮਾੜੀ ਮੋਟੀ ਮਾਰ ਲਾ ਤੂੰ, ਮਾਰ ਹੀ ਦੇਣਾ ਸੀ ਫੜਕੇ, ਹੈ ਪਤਾ ਨਹੀਂ ਕਿਹੜੀ ਪਾਣ ਚੜ ਗਈ ਅੰਤਰੇ ਨੂੰ ਕਿਤੇ, ਵੇਖੋ ਕੀ ਹਾਲ ਕੀਤਾ ਕੁੜੀ ਦਾ। ਨਾ ਕਰੋ ਬੁਰਾ ਹਾਲ ਹੁੰਦਾ ਜੇ, ਅੱਗੇ ਤੇ ਮੈਂ ਆਪਣੀ ਮਾਂ ਨੂੰ ਫੋਨ ਕਰ ਲੈਂਦੀ ਹੁੰਦੀ ਹਾਂ, ਹੁਣ ਮੈਂ ਕਿਹਨੂੰ ਦੱਸਾਂਗੀ। ਹੈਂ ਆਪਣੀ ਮਾਂ ਨੂੰ ਫੋਨ ਕਰਦੀ ਹੁੰਦੀ ਤੂੰ, ਕੀਤੀ ਸੀ ਗੱਲ ਪੁੱਤ ਆਪਣੀ ਮਾਂ ਨਾਲ? ਮੰਮੀ ਮੈਂ ਕੀਤੀ ਉਹਨਾਂ ਨਾਲ 1-2 ਵਾਰੀ ਗੱਲ, ਉਹਨਾਂ ਦਾ ਕਹਿੰਦੇ ਫੋਨ ਆਇਆ ਸੀ ਮੈਨੂੰ, ਇਹੋ ਪੁੱਛਦੇ ਸੀ ਕਿ ਤੂੰ ਠੀਕ ਹੈ ਇੱਥੇ, ਤੈਨੂੰ ਮਾਰਦੇ ਕੁੱਟਦੇ ਤੇ ਨਹੀਂ ਆ, ਦੱਸ ਉਹਨਾਂ ਨੂੰ ਮੈਂ ਹੁਣ ਕੀ ਦੱਸਦੀ। ਮਾਂ ਦੀਆਂ ਆਂਦਰਾਂ ਵਾ ਨਾ, ਮਾਂ ਤਾਂ ਹੀ ਫੋਨ ਕਰਦੀ ਸੀ, ਵੇਖ ਲਾ ਤੂੰ ਤੇ ਨਹੀਂ ਨਾ ਸੋਚਿਆ ਉਹਨਾਂ ਬਾਰੇ, ਪਰ ਉਹਦੀਆਂ ਆਂਦਰਾਂ ਵਾਲੇ ਵੇਖ ਤੜਫਣ ਡਈ ਆ ਤੇਰੀ ਮਾਂ, ਹੈ ਤੇਰਾ ਭਰਾ ਵੀ ਇਦਾਂ ਤੜਫਦਾ ਹੋਣਾ ਤੇ ਪਿਓ ਵੀ ਇਦਾਂ ਤੜਫਦਾ ਹੋਣਾ ਵਾ, ਉਹ ਤਾਂ ਵਿਚਾਰੇ ਮੂੰਹ ਨਹੀਂ ਕੱਢ ਸਕਦੇ ਹੁਣੇ ਬਾਹਰ ਸ਼ਰਮਿੰਦੇ, ਪਰ ਕੀ ਕਰਨਾ ਹੁਣ ਜਿਹੜੀ ਗਲਤੀ ਹੋ ਗਈ ਵਾਪਸ ਤੇ ਆ ਨਹੀਂ ਸਕਦੀ। ਚੱਲ ਕੋਈ ਨਹੀਂ ਪੁੱਤ, ਕੀ ਪਤਾ ਹੌਲੀ ਹੌਲੀ ਤੈਨੂੰ ਮਿਲ ਨਹੀਂ ਡੱਪਣ, ਕਿਤੇ ਤੇਰੀ ਜੂਨ ਸਵਾਰੀ ਜਾਵੇ ਪੁੱਤ। ਕੋਈ ਨਹੀਂ ਮੈਂ ਕੱਲ੍ਹ ਦੀ ਹਾਂ ਤੇਰੇ ਪਿਓ ਨੂੰ, ਹੈ ਆਪੇ ਵੇਖ ਕੇ ਆਉਂਦੇ ਆ, ਕੋਈ ਨਹੀਂ ਨਾਲੇ ਮੈਂ ਪੀੜ ਦੀ ਗੋਲੀ ਲੈ ਕੇ ਆਉਂਦੀ ਹਾਂ। ਚੰਗਾ ਹਾਂਜੀ ਦੀਦੀ, ਬਹਿ ਮੇਰੀ ਧੀ ਇੱਥੇ ਆਰਾਮ ਕਰ ਤੂੰ। ਕੀ ਮੱਥੇ ਤਾਂ ਥਰਾ ਕੇ ਬੈਠੇ ਜੇ, ਮੈਂ ਕੀ ਬਣੂ ਸਾਡੇ ਘਰ ਦਾ ਵੇਖ ਲਾ, ਬਣਨਾ ਕੀ ਕੰਮ ਹੀ ਤੇ ਕਿਹੋ ਜਿਹੇ ਹਾਲਾਤ ਹੋ ਗਏ ਆ। ਹੈ ਮੁੰਡੇ ਨੇ ਤੇ ਫੜ ਕੇ ਸਾਡੀ ਜ਼ਿੰਦਗੀ ਰੋਲਤੀ ਆ, ਮੇਰੀ ਗੱਲ ਸੁਣੋ, ਉਹਦਾ ਤੇ ਵਿਚਾਰੀ ਦਾ ਬਹੁਤਾ ਮਾੜਾ ਹਾਲ ਵਾ ਤੇ ਆੜਾ ਮੂੰਹ ਆ ਨਾ, ਆ ਸਾਰੇ ਨੀਲ ਪੈ ਗਏ ਆ, ਬੁਰਾ ਹਾਲ ਆ, ਕਿਤੇ ਪੀੜ ਹੋਣ ਡਈ ਵਿਚਾਰੀ ਤੜਫਣ ਡਈ ਪੀੜ ਨਾ। ਪਤਾ ਕੀ ਆ, ਉਹਦੀ ਵਾਲੀ ਬਾਂਹ ਵਾ ਨਾ ਉਹ ਵੀ ਸੁੱਜੀ ਜੇ ਸਾਰੀ, ਤੇ ਤਾਂ ਨੀ ਆਂਦੀ ਹੋਣ ਡਈ, ਮੈਨੂੰ ਤਾਂ ਲੱਗਦਾ ਬਾਂਹ ਟੁੱਟ ਗਈ ਆ ਤੇ ਜਾਂ ਮਾਸ ਪਾਟ ਗਿਆ ਵਾ। ਹੁਣ ਪਤਾ ਨਹੀਂ ਤਾਂ ਗਿਆ ਹੀ ਪਤਾ ਲੱਗਣਾ ਵਾ, ਹੁਣ ਡਾਕਟਰ ਕੋਲ ਫੜਨਾ ਪੈਣਾ ਜੇ, ਹੁਣ ਰਾਤ ਤੇ ਮੈਂ ਗੋਲੀ ਦੇ ਦੇਣੀ ਆ ਤੇ ਸੁੱਤੀ ਰਹੂਗੀ।
ਤੇ ਮੈਂ ਡਾਕਟਰ ਨੂੰ ਕੀ ਆਖਾਂਗੇ? ਆਖਣਾ ਕੀ ਆ, ਆਖਾਂਗੇ ਤਿਲਕ ਗਈ ਬਾਥਰੂਮ ਵਿੱਚ, ਹੋਰ ਕੀ ਕਹਿਣਾ ਜੇ? ਢਿੱਗਾ ਚੁੱਕ ਕੇ ਆਪਣਾ ਢਿੱਡ ਨੰਗਾ ਹੋਣਾ ਵਾ, ਉਹਨੇ ਕਹਿਣਾ ਇੰਨੀਆਂ ਸੱਟਾਂ ਕੀ ਕਰੀਏ ਹੁਣ, ਉਹਨਾਂ ਕੋਲ ਤੇ ਕਹਿਣਾ ਹੀ ਪੈਣਾ ਵਾ। ਉਹ ਮੇਰੀ ਗੱਲ ਸੁਣ, ਕਈ ਵੀ ਪੌੜੀਆਂ ਡਿੱਗ ਪਈ ਆ। ਚੱਲ ਕੋਈ ਨੀ, ਬਿਆਨ ਇੱਕ ਰੱਖਿਓ ਹੁਣ, ਆਹੋ ਇਹ ਨਾ ਮੈਂ ਕੁਛ ਕਹਿਦਾ ਤੁਸੀਂ ਕੁਛ ਕਹਿ ਦਿਓ ਤੇ ਭਾਂਡਾ ਭੱਜੇ ਤੇਰਾ ਸਾਰਾ ਹੀ। ਮੇਰਾ ਤਾਂ ਜੀ ਕਰਦਾ ਪਿਆ ਮੁੰਡਾ ਨਾ ਘਰੋਂ ਕੱਢਦਾ ਹੁਣ ਤੱਕ। ਉਹਦੇ ਘਰੋਂ ਨਿਕਲ ਗਿਆ ਕੱਢਣਾ ਕੀ ਉਹਦਾ, ਵੇਖ ਲਓ ਕਿੰਨਾ ਮਾਰਿਆ ਉਹਨੂੰ ਹੈ, ਤੇ ਅਜੇ ਵੀ ਵਿਚਾਰੀ ਕਹਿਣ ਡਈ ਆ ਕਿ ਮੰਮੀ ਜਾ ਕੇ ਡੈਡੀ ਨੂੰ ਘੱਲੋ ਤੇ ਵੇਖੋ ਭਲਾ ਕਿੱਥੇ ਗਿਆ ਵਾ। ਆਹੋ ਹੈ, ਉਹਦੇ ਕੋਲ ਛਾਪ ਸੀਗੀ ਕਿਤੇ ਪੈਸੇ ਹੋਣਗੇ, ਕਿਤੇ ਖੋਣ ਪਊਗਾ ਕੋਈ, ਕੋਈ ਮਾਰੂਗਾ ਉਹਨੂੰ, ਤੇ ਜਾਓ ਮੰਮੀ ਘਲਾਓ ਡੈਡੀ ਨੂੰ। ਉਹ ਕੱਖ ਨਾ ਹੁੰਦਾ ਇਹੋ ਜਿਹੇ ਅਮਲੀਆਂ ਨੂੰ, ਕਿਤਰਾ ਮੇਰੇ ਲਾਗੇ ਆਣ ਕੇ ਲੱਗੀ ਆ ਹੋਰ ਕਰਨ ਗੱਲਾਂ। ਮੇਰੀ ਗੱਲ ਸੁਣੋ, ਹਾਂ ਅਮਲ ਖਾਂਦਾ ਵਾ, ਸੱਚੀ ਗੱਲ ਵਾ? ਅਮਲ ਤੇ ਖਾਂਦਾ ਵਾ, ਮੈਂ ਕਿਤੇ ਪੜਦੇ ਪਾਉਣ ਡਈ ਆ, ਮੈਨੂੰ ਪਤਾ ਵਾ ਸ਼ਾਹ ਵੇਚ ਕੇ ਖਾ ਗਿਆ ਵਾ। ਪਰ ਹੁਣ ਹੈ ਤੇ ਆਪਣੀਆਂ ਆਂਦਰਾਂ ਹੀ ਆ ਨਾ, ਪੁੱਤ ਵਾ ਨਾ ਸਾਡਾ, ਜਾਣਾ ਹੀ ਪੈਣਾ ਜੇ ਮਗਰ ਮਰਨ ਦੇ ਪਰੇ ਗਲੋਂ ਲੱਥਣ ਦੇ। ਏਦਾਂ ਨਾ ਕਹੋ, ਏਦਾਂ ਨੀ ਕਹੀਦਾ ਹੁੰਦਾ ਚੰਗਾ। ਕਿਤਨਾ ਕਵਾਂ ਫਿਰ, ਉਹਨੂੰ ਸੁਧਾਰ ਲਾਂਗੇ, ਉਹਨੂੰ ਚੰਗੇ ਰਾਹੇ ਪਾਵਾਂਗੇ ਕਿਤੇ। ਉਹ ਮੇਰੀ ਗੱਲ ਸੁਣ ਲਾ, ਇਹੋ ਜਿਹੇ ਬੰਦੇ ਨੇ ਸੁੱਧ ਦਿੰਦੇ, ਸਾਡੀ ਅਸੀਂ ਸਮਾਂ ਖਾਧਾ ਵਾ, ਠੀਕ ਨੀ? ਜਿਹੜੇ ਬੰਦੇ ਰਾਹ ਤੁਰ ਪੈਂਦੇ ਆ ਨਾ, ਉਹਨਾਂ ਦਾ ਐਂਡ ਬਹੁਤ ਮਾੜਾ ਹੁੰਦਾ ਵਾ। ਜੇ ਤੁਸੀਂ ਆਪ ਹੀ ਹਾਂ ਗੱਲਾਂ ਕਰੀਗੇ ਤੇ ਫਿਰ ਆਪਾਂ ਕੀ ਕਰਾਂਗੇ? ਆਪਾਂ ਕੀ ਕਰਾਂਗੇ, ਬੜਾ ਕੁਛ ਖੁੱਲਿਆ ਵਾ ਹੁਣ, ਨਸ਼ਾ ਛਡਾਊ ਕੇਂਦਰ ਖੁੱਲੇ, ਉੱਥੇ ਭਰਤੀ ਕਰਾ ਦਾਂਗੇ ਇਹਨੂੰ, ਆਪੇ ਮਹੀਨਾ ਜਦੋਂ ਉੱਥੇ ਰਿਹਾ ਟੇਕ ਕੇ ਤੇ ਆਪੇ ਛੱਡ ਜੂਗਾ ਸਭ ਕੁਛ, ਕੋਈ ਗੱਲ ਨੀ। ਚੰਗਾ ਨੌਕਰੀ ਤੇ ਲੱਗਾ ਵਾ, ਅਰੇ ਦਿਨ ਦੋ ਨੇ ਇਹਦੇ ਸਿਰ 'ਚ ਸਵਾਹ ਪਵਾਤੀ ਸਾਡੇ ਵੀ। ਚੱਲ ਅਸੀਂ ਕਿਹੜਾ ਚਾਹੁੰਦੇ ਸਾਡਾ ਪੋਤੇ ਦਾਣਾ ਨਿਕਲੇ, ਕਰਮੀ ਮਾੜੇ ਸੀ ਨਾ ਅੰਤਰੇ, ਉਹ ਵੀ ਤਰਲੇ ਲੈਣ ਡਈ ਵਿਚਾਰੀ ਅੰਦਰ, ਹੈਂ ਜੀ ਧਿਆਣੀ ਵੇਖੋ ਹੁਣ ਕਿੱਦਾਂ ਤਰਲੇ ਲੈਣ ਡਈ, ਕਿਤੇ ਕਿੱਦਾਂ ਮਾਰ ਮਾਰ ਕੇ ਨੀਲ ਪਾਏ ਉਹਦੇ, ਹੈਂ ਮੂੰਹ ਨੀ ਵੇਖਿਆ ਜਾਣ ਡਿਆ ਕੁੜੀ ਦਾ ਮੇਰੇ ਕੋਲ, ਹੁਣ ਤੇ ਫਿਰ ਸਵੇਰੇ ਖੜਨਾ ਪੈਣਾ। ਚੱਲ ਕੋਈ ਨੀ, ਡਾਕਟਰ ਕੋਲ ਸਵੇਰੇ ਲਵਾਂ ਖੜਾਂਗੇ ਤੇ ਮੈਂ ਗੋਲੀ ਦਵਾਂ ਉਹਨੂੰ ਪੀੜ ਦੀ, ਤੁਸੀਂ ਜਾ ਕੇ ਮੁੰਡੇ ਵਾਲੇ ਵੇਖ ਕੇ ਆਓ, ਜਾਓ ਜਾਓ ਵੇਖ ਕੇ ਆਓ। ਜਾਣ ਇੰਨੀ ਔਖੀ ਕੀਤੀ ਆ, ਕੋਈ ਗੱਲ ਨੀ। ਹਾਏ ਰੱਬਾ, ਮੇਰਾ ਪੁੱਤ ਠੀਕ ਠਾਕ ਹੋਵੇ, ਘਰ ਨੂੰ ਆ ਜਾਏ, ਕੋਈ ਨੀ ਆਪਾਂ ਸੁਧਾਰ ਲਾਂਗੇ ਉਹਨੂੰ, ਅਜੇ ਡੁੱਲੇ ਬੇਰਾਂ ਦਾ ਕੁਛ ਨੀਗਾ ਵਿਗੜਿਆ, ਪਰ ਕੀ ਕਰੀਏ, ਛੋਟੀ ਨੂੰ ਵੇਖਾਂ ਜਾ ਕੇ। ਹਾਂ ਬੋਨੀ, ਕੀ ਹਾਲ ਆ? ਬਸ ਵਧੀਆ ਵਧੀਆ, ਠੀਕ ਠਾਕ, ਤੂੰ ਸੁਣਾ ਕਿੱਦਾਂ? ਠੀਕ ਠਾਕ ਠੀਕ ਆ। ਮੇਰੀ ਗੱਲ ਸੁਣ, ਮੈਂ ਨਾ ਤੈਨੂੰ ਇੱਕ ਐਡਰੈਸ ਸੈਂਡ ਕਰਦਾ ਵਾਂ, ਮੁੰਡੇ ਦਾ ਨਾਂ ਅਤੇ ਉਹਦਾ ਪਿੰਡ ਅਤੇ ਉਹਦੇ ਪਿਓ ਦਾ ਨਾਂ ਤੈਨੂੰ ਮੈਂ ਸੈਂਡ ਕਰਦਾ ਵਾਂ, ਅਤੇ ਮੈਨੂੰ ਮੁੰਡੇ ਦਾ ਪਤਾ ਕਰਕੇ ਦੱਸ ਕਿ ਕੀ ਕਰਦਾ ਮੁੰਡਾ, ਕਿੱਥੇ ਆਉਂਦਾ ਜਾਂਦਾ ਵਾ, ਅਤੇ ਕੀ ਕਾਰੋਬਾਰ ਆ ਉਹਦਾ। ਉਹ ਯਾਰ ਤੈਨੂੰ ਪਤਾ ਉਹ ਨਵ ਬਾਰੇ ਤੈਨੂੰ ਮੈਂ ਦੱਸਿਆ ਨਹੀਂ? ਹਾਂ 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 ਆਹੋ। ਉਹ ਯਾਰ ਮੈਂ ਕਿਹਾ ਗਲਤੀ ਤਾਂ ਉਹਨੂੰ ਕਰ ਲਈ ਆ, ਅਤੇ ਮੈਂ ਵੇਖਾਂ ਭਲਾ ਪੁੱਛ ਪੜਤਾਲ ਕਰਕੇ ਵੀ ਕਿਤੇ ਭੁੱਖੀ ਤਾਂ ਨਹੀਂ ਮਰਦੀ। ਉਹ ਨਹੀਂ ਜਾਣ ਨੂੰ ਤਾਂ ਮੈਂ ਆਪ ਵੀ ਜਾ ਸਕਦਾ ਵਾਂ, ਪਤਾ ਤਾਂ ਮੈਂ ਕਰ ਸਕਦਾ ਹਾਂ, ਪਰ ਮੈਂ ਕਹਿੰਦਾ ਵੀ ਜੇ ਕਿਤੇ ਮੈਂ ਚੱਲ ਗਿਆ ਨਾ, ਅਤੇ ਐਵੇਂ ਕੋਈ ਗੱਲਬਾਤ ਹੋਈ ਤਾਂ ਤੈਨੂੰ ਪਤਾ ਫਿਰ ਮੇਰਾ ਸੁਭਾਅ ਹੋਰ ਤਰ੍ਹਾਂ ਦਾ, ਅਤੇ ਮੈਂ ਅੱਗੇ ਤੈਨੂੰ ਪਤਾ ਹੀ ਆ ਕੀ ਕੁਝ ਹੋ ਗਿਆ, ਅਤੇ ਮੈਂ ਤਾਂ ਕਰਕੇ ਆਪ ਨਹੀਂ ਜਾਣ ਡਿਆ। ਅਤੇ ਤੇਰਾ ਪਿੰਡ ਲੱਗ ਗਈ ਆ ਹੈ ਨਾ? ਹਾਂ, ਅਤੇ ਮੈਨੂੰ ਕਰਕੇ ਦੱਸ ਪਤਾ ਮੇਰਾ ਵੀਰ ਸ਼ਾਮ ਤੱਕ, ਠੀਕ ਆ?
ਹਾਂ ਠੀਕ ਆ। ਆਪਣੇ ਵੀਰ ਕੋ ਗਲਤੀ ਮੰਨ ਲੈ।
ਮੇਰੇ ਕੋਲ ਗਲਤੀ ਹੋਈ ਆ, ਮੈਂ ਗਾਂ ਕੋਈ ਗਲਤੀ ਨਹੀਂ ਕਰਦੀ, ਇੱਕ ਵਾਰੀ ਪਰਦਾ ਪਾ ਲਈ ਮੇਰੀ ਧੀ, ਸ਼ੁਕਰ ਸ਼ੁਕਰ। ਕਿੰਨਾ ਹਨੇਰਾ ਹੋ ਗਿਆ ਵਾ, ਪਤਾ ਨੀ ਮੁੰਡਾ ਕਿੱਥੇ ਹੋਣਾ ਵਾ, ਹੁਣ ਤੇ ਲੈ ਕੇ ਘਰ ਆ ਜਾਣ ਤਾਂ ਵਾ, ਚੈਨ ਹੀ ਨੀ ਆਉਂਦਾ ਉਤਰਾ। ਇੱਕ ਕੁੜੀ ਨੇ ਰੋ ਰੋ ਕੇ ਆਪਣਾ ਬੁਰਾ ਹੱਲ ਕੀਤਾ ਵਾ, ਉਹ ਵੀ ਡੀਕਣ ਡਈ ਆ, ਕੀ ਕਰਾਂ ਹੁਣ ਮੈਂ। ਚੰਗਾ ਭਲਾ ਹੁੰਦਾ ਸੀ ਤੂੰ, ਕੀ ਹਾਲਾਤ ਕਰ ਲਏ ਆਪਣੇ, ਹੈ ਕਿਹੜੇ ਜ਼ੁਲਮ ਦੀ ਸਜ਼ਾ ਦੇਣ ਡਿਆ ਆਪਣੇ ਮਾਂ ਪਿਓ ਨੂੰ, ਤੇ ਇੱਕ ਜਿਹੜੀ ਵਿਆਹ ਕੇ ਲਿਆ ਉਹਨੂੰ, ਦੱਸ ਤੂੰ ਕੱਲੇ ਨੇ ਸਾਡੀ ਜ਼ਿੰਦਗੀ ਬਰਬਾਦ ਕਰਤੀ ਤਿੰਨਾਂ ਦੀ, ਜਾਨ ਤੰਗ ਕਰਤੀ ਆ ਵੀ ਲੋੜ ਤੋਂ ਵੱਧ ਪਿੰਦਰਾ, ਤੈਨੂੰ ਮੈਂ ਸਿੱਧੀ ਗੱਲ ਦੱਸਾਂ, ਹੋਰ ਕੋ ਮਾਂ ਪਿਓ ਦੇ ਕੋ ਖਾ ਕੇ ਮਰ ਜਾਣਾ ਸੀ। ਵੀ ਮੈਨੂੰ ਇੱਕ ਗੱਲ ਦੱਸ, ਤੈਨੂੰ ਮਾਸਾ ਨਹੀਂ ਪਤਾ ਲੱਗਦਾ ਵੀ ਤੂੰ ਕੀ ਕਰਨ ਡਿਆ ਵਾ, ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਨ ਡਿਆ ਵਾ, ਆਪਣੇ ਮਾਂ ਪਿਓ ਨਾਲ ਕਰਨ ਡਿਆ ਵਾ, ਨਵ ਨਾਲ ਕਰਨ ਡਿਆ ਵਾ, ਵੀ ਸੋਚ ਲੈ ਕੋ ਪਾਪੀਆ ਸਾਡੇ ਬਾਰੇ। ਉਹ ਕੁਛ ਨਹੀਂ ਹੁੰਦਾ ਮੈਨੂੰ, ਐਵੇਂ ਨਾ ਟੈਨਸ਼ਨ ਲਓ ਦੇ। ਕਿੱਦਾਂ ਨਹੀਂ ਹੁੰਦਾ ਤੈਨੂੰ, ਰੰਗ ਵੇਖ ਕਿੱਦਾਂ ਖੱਟਾ ਹੋਇਆ ਤੇਰਾ, ਹੈ ਰੋਟੀ ਤੇ ਖਾਧੀ ਨਹੀਂ ਸਵੇਰ ਦੀ, ਰੋਟੀ ਦੀ ਕੀ ਲੋੜ ਵਾ, ਇਹਨੇ ਸਾਨੂੰ ਜਿੰਦਿਆਂ ਜੀ ਮਾਰ ਦੇਣਾ ਮੁੰਡੇ ਨੇ, ਜੋ ਖੇ ਸਵਾਹ ਸਭ ਖਾਈਦੇ ਜਾਂਦਾ ਏ। ਵੀ ਕਿਉਂ ਨੀ ਤੈਨੂੰ ਪਤਾ ਲੱਗਦਾ ਵੀ ਸੁਧਰ ਜਾ ਸੁਧਰ ਜਾ, ਤੇ ਤੇਰੀ ਉਮਰ ਕੀ ਆ, ਅਜੇ ਤੇ ਜ਼ਿੰਦਗੀ ਸ਼ੁਰੂ ਹੋਈ ਆ, ਅਜੇ ਤੇ ਬੜਾ ਕੁਝ ਵੇਖਣਾ ਪੁੱਤ। ਅਜੇ ਤੱਕ ਮੈਂ ਕੰਮਾਂ 'ਚ ਬੰਦਾ ਕੋ ਤਰਦਾ ਨਹੀਂ ਵੇਖਿਆ, ਠੀਕ ਆ, ਇਹਦਾ ਐਂਡ ਪਤਾ ਕਿੱਡਾ ਮਾੜਾ ਵਾ ਇਸ ਚੀਜ਼ ਦਾ। ਆਪਾਂ ਤਾਂ ਲੋਕੀ ਵੇਂਦੇ ਹੁੰਦੇ ਸੀਗੇ, ਦੂਰ ਦੂਰ ਗੱਲਾਂ ਸੁਣੀਦੀਆਂ ਹੈਗੀਆਂ, ਤੇ ਉਹਦੀ ਸ਼ਰਮ ਕਰਵਾਉਣੀ ਵਿਆਹ ਕੇ ਲਿਆਂਦੀ ਆ, ਪੁੱਟ ਕੇ ਤੇ ਅੰਦਰ ਭੱਲੀ ਆ। ਹੁਣ ਮੇਰੀ ਗੱਲ ਸੁਣ, ਵਿਚਾਰੀ ਰੋਣ ਡਈ ਆ, ਤੜਫਣ ਡਈ ਆ ਪੀੜ ਦੇ ਨਾਲ, ਇੱਕ ਤੇ ਲੱਗਦਾ ਉਹਦੀ ਬਾਂਹ ਵੀ ਤੋੜ ਛੱਡੀ ਆ ਤੂੰ, ਬਾਂਹ ਤਾਂ ਨਹੀਂ ਹੁੰਦੀ ਉਹਦੀ, ਤੇ ਫਿਰ ਪਤਾ ਤੇਰਾ ਫਿਕਰ ਅਜੇ ਵੀ ਕਰਨ ਡਈ ਆ, ਇਹ ਜਾਓ ਡੈਡੀ ਪਿੰਦਰ ਨੂੰ ਲੈ ਆਓ, ਇਹ ਕਦੋਂ ਜਾਂਦੇ ਸੀਗੇ, ਆ ਤਾਂ ਜੋ ਜ਼ਬਰਦਸਤੀ ਘੱਲਿਆ। 20 ਵਾਰੀ ਕਹਿਤਾ ਉਹਨੇ, ਡੈਡੀ ਜਾਓ ਲਾ ਕੇ ਆਓ, ਉਹਨੂੰ ਕਿੱਥੇ ਆ ਪੈਸੇ, ਉਹਦੇ ਕੋਲ ਕੋਈ ਨੁਕਸਾਨ ਨਾ ਕਰਦੇ ਉਹਦਾ ਕੋਈ, ਪਰ ਤੇਰਾ ਇੰਨਾ ਫਿਕਰ ਮਸਾ ਨਹੀਂ ਆਈਦਾ, ਹੈ ਇੰਨਾ ਫਿਕਰ ਕਰਦੀ ਆ ਤੇਰਾ, ਵੇ ਜਾ ਮਾਫੀ ਮੰਗ ਲਾ ਕੁੜੀ ਕੋ ਜਾ ਕੇ। ਓ ਮੰਮੀ ਮੇਰੀ ਸੁਣੋ ਗੱਲ, ਚਲੋ ਮੇਰੀ ਗਲਤੀ ਆ ਗਈ ਪਰ ਮੈਂ ਮਾਫੀ ਨਹੀਂ ਜੇ ਮੰਗਣੀ, ਐਵੇਂ ਬਾਰ ਬਾਰ ਇੱਕੋ ਗੱਲ ਨਾ ਕਰਿਆ। ਮੇਰੀ ਗੱਲ ਸੁਣ ਹਰਾਮ ਜਾਦਿਆਂ ਨੂੰ ਕਹਿ ਸੀ ਵੀ ਮਾੜਾ ਮੋਟਾ ਦੁਆ ਦੁਆ ਨੂੰ ਤਰਨ ਤੂੰ ਕਰਦਾ, ਇਦਾਂ ਜਾਓ ਜੇ ਤੁਹਾਨੂੰ ਜ਼ਿਆਦਾ ਫਿਕਰ ਨਾ, ਜਾਓ ਦੁਆਓ ਤੁਸੀਂ। ਵੀ ਹੜਨਾ ਨਹੀਂ ਕੀ ਜਾਂਦੀ ਉਹ, ਇਹਦੇ ਤਰਲੇ ਕਰ ਹਟੇ ਉਹਦੇ, ਵੀ ਚੱਲ ਚੱਲੀ ਹੁਣ ਪੀੜ ਦੀ ਗੋਲੀ ਦਿੱਤੀ ਆ ਮੈਂ, ਤੇ ਸੁੱਤੀ ਨਹੀਂ ਗੀ, ਜਾਗਣ ਡਈ ਹੁਣੀ ਅੰਦਰ, ਕਿਤੇ ਨਹੀਂ ਮਰ ਚਲੀ, ਕੁਛ ਨਹੀਂ ਹੁੰਦਾ। ਵੇਖਾਂ ਜੇ ਮਰ ਜਾਂਦੀ ਨਾ ਤੇ ਉਹਨੂੰ ਪੁਲਿਸ ਘਰ ਹੋਣੀ ਸੀ, ਮੈਂ ਜਾਂਦੀ ਕਿਤੇ ਦੀ ਕੋਈ ਨਹੀਂ ਹੁੰਦਾ, ਕਿਤੇ ਗੱਲਾਂ ਕਰਦਾ ਵਾ ਓਏ, ਬੜਾ ਲੈਣ ਲਾਟ ਹੁੰਦਾ ਜਿਸ ਤਰ੍ਹਾਂ, ਇਦਾਂ ਦੀਆਂ ਗੱਲਾਂ ਨਹੀਂ ਕਰਦੀਆਂ। ਉਹ ਜੇ ਉਹ ਗੱਲਾਂ ਸੁਣਾਉਣੀਆਂ ਰਹਿਣ ਦੇਣਾ ਸੀ ਉੱਥੇ ਮੈਨੂੰ, ਉੱਥੇ ਰਹਿਣ ਦੇਣਾ। ਆਹੋ ਉਹ ਨਹੀਂ ਨਾ ਬਚਦੀ ਤੇਰੇ ਬਿਨਾਂ, ਜਿਹੜੀ ਵਿਆਹ ਕੇ ਲਿਆਇਆ ਵਾਂ, ਹੈ ਉਹਦੇ ਬਾਰੇ ਸੋਚ ਨਾ, ਵਿਚਾਰੀ ਮਾਂ ਪਿਓ ਨੂੰ ਮਿਲਣ ਜੋਗੀ ਰਹੀ, ਤੇਰੇ ਪਿੱਛੇ ਲੱਗ ਕੇ ਆ ਗਈ, ਤੂੰ ਵੀ ਉਹਨੂੰ ਕੁੱਟਣ ਡੈ ਪਿਆ ਵਾਂ, ਨਾਲੇ ਜੀਵਨ ਸਭ ਕੁਝ ਛੱਡ ਕੇ ਤੇ ਦੁਆਲੇ ਆਈ ਇਹਦੇ ਘਰ। ਮਨਜਿੰਦਰ ਮੇਰੀ ਗੱਲ ਸੁਣੋ, ਪਿੱਛੇ ਉਹ ਜਾ ਨਹੀਂ ਸਕਦੀ, ਹੈ ਇਹ ਉਹਨੂੰ ਚੰਗਾ ਨਹੀਂ ਚਾਹੁੰਦਾ, ਇਹ ਉਹਨੂੰ ਮਾਰਨ ਡੈ ਪਿਆ ਵਾ, ਜੇ ਕੁਛ ਖਾ ਖੂ ਕੇ ਮਰ ਮੁਰ ਗਈ ਤੇ ਬੱਜੇ ਮਰ ਜਾਣਾ ਵਾ। ਮੈਂ ਉਹਨੂੰ ਕਿਹਾ ਸੀ ਕੁਝ ਆਪੀ ਡੈ ਪੀ ਸੀ ਅੱਗੋਂ, ਉਹਦੇ ਉਹਨੇ ਲੜਾਈ ਪਾ ਲਈ, ਮੈਂ ਕਰਦਾ ਲੜਾਈ ਕਿਹੜੀ ਝੂਠੀ ਪਾਈ, ਸੱਚੀ ਲੜੀ ਹੈ ਤੇਰੇ ਨਾਲ,
ਨਹੀਂ ਖੜੀ ਫਿਰ ਤੂੰ ਛਾਪ, ਫਿਰ ਤੁਸੀਂ ਦੇ ਦਿਆ ਕਰੋ ਪੈਸੇ ਮੈਨੂੰ। ਸ਼ਰਮ ਨੂੰ ਹੱਥ ਮਾਰਨ ਖੱਤਿਆ, ਕੋਈ ਚੱਜ ਦਾ ਕੰਮ ਕਰੇ ਤੈਨੂੰ ਮੈਂ ਪੈਸੇ ਦੇ ਦਾਂ, ਆ ਨਸ਼ੇ ਖਾਣ ਨੂੰ ਪੈਸੇ ਦੇ ਦਾਂ ਪਈ ਹੋਈ ਤੈਨੂੰ ਪੈਸੇ ਦੇਈਏ। ਉਹ ਗੱਲਾਂ ਸੁਣਾਈ ਜਾਓਗੇ ਕਿ ਉਹ ਰੋਟੀ ਵੀ ਲਿਆ ਦੋਗੇ? ਰੋਟੀ ਮੈਂ ਲਿਆ ਦਿੰਦੀ ਆ, ਏਦਾਂ ਕਰ ਮੇਰਾ ਪੁੱਤ, ਜਾ ਕੁੜੀ ਦੇ ਲਾਗੇ ਜਾ, ਜਾ ਉਹਨੂੰ ਗੱਲਾਂ ਗੱਲਾਂ ਵਿੱਚ ਕਹਿ ਦੇ ਸਹੀ ਵੀ ਜੋ ਹੋ ਗਿਆ ਹੁਣ। ਜੇ ਕੁੜੀ ਨੂੰ ਕੋ ਹੋ ਗਿਆ ਨਾ, ਸਾਰੇ ਟੱਬਰ ਨੇ ਵੱਜਿਆ ਮਰ ਜਾਣਾ ਤੇਰੇ ਮਸਾਂ ਗੱਲ। ਉਹ ਜਾ ਰੋਟੀ ਲਿਆਓ, ਵੇਨੇ ਆ ਕੀ ਕਰਨਾ ਫਿਰ। ਦਫਾਓ ਇਹ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਵਾ। ਉਹ ਜਾ ਤੀ ਕੰਮ ਕਰੋ ਆਪਣਾ ਜਾ ਕੇ। ਹੁਣ ਗਾੜੀ ਜ਼ੁਬਾਨ ਨਾ ਚਲਾ, ਗਲਤ ਤੂੰ ਹੀ ਹੋ, ਠੀਕ ਵਾ ਨਾ? ਉਹ ਵਿਚਾਰੀ ਰੋਣ ਡਈ ਆ, ਮੇਰੇ ਕੋਲ ਵੇਖੀ ਨਹੀਂ ਜਾਂਦੀ। ਮੰਨਿਆ ਵੀ ਮੇਰੇ ਕੋਲ ਗਲਤੀ ਹੋ ਗਈ, ਹੋਰ ਦੱਸੋ ਮੈਂ ਕੀ ਕਰਾਂ? ਆ ਲੱਲਾ ਮੈਨੂੰ ਤਰਸ ਨਾ ਆਉਂਦਾ, ਤੈਨੂੰ ਤਰਸ ਨਹੀਂ ਆਉਂਦਾ ਉੱਤੇ ਜਿਹੜੀ ਸਭ ਕੁਝ ਛੱਡ ਆਈ ਤੇਰੇ ਕਰਕੇ? ਜਾਓਗਾ ਰੋਟੀ ਲਿਆਓ ਤੁਸੀਂ। ਰੋਟੀ ਲਿਆਉਣੀ ਪਹਿਲਾਂ ਉੱਠ ਤਾਂ, ਹਾਂ ਚੱਲ ਪੁੱਛ ਉਹਦਾ, ਉੱਠ। ਉਹ ਚੱਲ ਜਾਣਾ, ਜਾਓ ਤੁਸੀਂ। ਚੱਲ ਉੱਠ ਤਾਂ, ਏਦਾਂ ਨਹੀਂ ਜਾਣਾ ਮੈਂ, ਉੱਠ ਉੱਠ ਚੱਲ ਪੁੱਛ ਉਹਨੂੰ। ਚੱਲ ਕਿਤੇ ਗੁੱਸਾ ਥੋੜਾ ਬਹੁਤਾ ਲੱਥੂ ਵਿਚਾਰੀ ਦਾ।